ਇਸ ਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਕੈਪਟਨ ਤੇ ਜਗਮੀਤ ਬਰਾੜ ਦਾ ਮਜ਼ਾਕ ਉਡਾਉਂਦੇ ਨਜ਼ਰ ਆਏ। ਬਾਦਲ ਸਾਹਿਬ ਨੇ ਕਿਹਾ ਕਿ ਜਗਮੀਤ ਬਰਾੜ ਜੋ ਪਹਿਲਾਂ ਕਾਂਗਰਸ ਵਿੱਚ ਹੀ ਮਿੰਤਾਂ ਕਰਕੇ ਗਿਆ ਸੀ, ਉਸ ਨੂੰ ਕੋਈ ਵੀ ਪਾਰਟੀ ਲੈਣਾ ਨਹੀਂ ਚਾਹੇਗੀ। ਜਗਮੀਤ ਗਵਾਰ ਨੂੰ ਕੋਈ ਵੈਲਕਮ ਨਹੀਂ ਕਰਦਾ, ਬਰਾੜ ਜਗਮੀਤ ਬਰਾੜ ਦੀ ਦੀਵਾਰ ਜਿਹੜੀ ਹੈ ਨਾ, ਉਹਦਾ ਪਤਾ ਹੀ ਲੱਗਦਾ ਕਿਹੜੇ ਡਾਇਰੈਕਸ਼ਨ 'ਚ ਉਹ ਮਿਸਗਾਈਡਡ ਮਿਜ਼ਾਈਲ ਹੈ। ਉਹ ਜਿਹਨਾਂ ਨੂੰ ਪਤਾ ਨਹੀਂ ਲੱਗਦਾ ਟਾਰਗੇਟ ਕੁਛ ਹੁੰਦਾ, ਵੱਜਦਾ ਕਿਤੇ ਹੈ, ਚੱਲਦਾ ਕਿਹੜੀ ਡਾਇਰੈਕਸ਼ਨ, ਲੈਂਡ ਕਿਤੇ ਕਰਦੇ। ਗਵਾਰ ਠੀਕ ਸੀ, ਫਿਰ ਗਵਾਰ ਠੀਕ ਸੀਗਾ ਕਿ ਫਿਰ ਤੁਸੀਂ ਪਹਿਲਾਂ ਨਾਂ ਲਿਤਾ ਨਾ ਜਗਮੀਤ ਗਵਾਰ, ਗਵਾਰ ਨਹੀਂ ਮੈਂ ਦਵਾਰ ਮੈਂ ਤੁਸੀਂ ਮੈਂ ਜਿਹੜਾ ਬੇਨਤੀ ਕਰ ਰਿਹਾ ਕਿ ਤੁਸੀਂ ਹੁਣੀ ਤਾਂ ਮਿੰਤਾ ਕਰਕੇ ਕਾਂਗਰਸ ਵੜਿਆ, ਇਹਨੂੰ ਤਾਂ ਬੇਸਿਕਲੀ ਹੁਣ ਹਾਲਾਤ ਵੀ ਦੇਖੋ ਕਾਂਗਰਸ ਦੀ, ਆਹ ਤਾਂ ਹਾਲਾਤ ਹੋਈ ਪਈ ਹੈ। ਇੱਥੇ ਖਾਸ ਤੌਰ 'ਤੇ ਜ਼ਿਕਰਯੋਗ ਹੈ ਕਿ ਜਗਮੀਤ ਸਿੰਘ ਬਰਾੜ ਨੂੰ ਕਾਂਗਰਸ ਨੇ ਇੱਕ ਵਾਰ ਫਿਰ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ, ਜਿਸ ਨੂੰ ਕਿ ਜਗਮੀਤ ਸਿੰਘ ਬਰਾੜ ਗਲਤ ਫੈਸਲਾ ਦੱਸ ਰਹੇ ਨੇ।